ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਵਾਂ ਦਿਨ ਨਵੀਂ ਸ਼ੁਰੂਆਤ। ਦੇਖੋ ਜੀ ਫੋਟੋਗ੍ਰਾਫੀ ਚੱਲ ਰਹੀ ਹੈ। ਲਓ ਜੀ ਮੁੰਡੇ ਤਿਆਰ ਨੇ, ਫਲ ਗੱਡੀਆਂ ਲੈਣੀਆਂ ਘੁੰਮਣ ਲਈ ਪੂਰਾ। ਗੱਡੀਆਂ ਤਿਆਰ ਨਹੀਂ ਆ, ਉਰੇ ਗੱਡੀਆਂ ਹੀ ਕਹਿੰਦੇ ਆ। ਆਪਣੇ ਥੋੜ੍ਹੀ ਜਿਹੀ ਇੱਜ਼ਤ ਡਾਊਨ ਕੀਤੀ ਆ, ਪਰ ਇੱਥੇ ਇਹਨਾਂ ਦੀ ਇੱਜ਼ਤ ਪੂਰੀ ਆ। ਜਿੱਧਰ ਮਰਜ਼ੀ ਖਿੱਚ ਦੋ ਲੰਬੇ ਰੂਟਾਂ ਤੇ ਯਾਰ, ਅਸੀਂ ਕਿਉਂ ਚੱਲੀਏ। ਜਿਹੜੀ ਸਾਰੇ ਕੇਅਰ ਟੇਕ ਕਰਦੀਆਂ ਨੇ ਚਰਚ ਦੀਆਂ, ਉਹਨਾਂ ਦੀ ਮੂਰਤੀ ਪਾਈ ਹੈ।
ਵਿੱਚ ਵੀਰੇ। ਲਓ ਜੀ ਨਿੰਬੂ ਪਾਣੀ ਚੱਲ ਪਿਆ। ਹਾਂਜੀ ਨਿੰਬੂ ਪਾਣੀ ਤੀਹਾਂ ਦਾ ਚਾਲੀਆਂ ਦਾ ਠੰਡ ਪਾ। ਲਓ ਜੀ ਇੱਕ ਥਾਂ ਹੋਰ ਦਿਖਾਉਂਦੇ ਆ ਤੁਹਾਨੂੰ। ਪਹਿਲਾਂ ਤੁਸੀਂ ਆਹ ਵਿਊ ਚੈੱਕ ਕਰੋ ਕਿੰਨਾ ਸਿਰੇ ਆ। ਵੈਸੇ ਜੇ ਦੇਖਿਆ ਜਾਵੇ ਗੱਡੀਆਂ ਨਾਲ ਸਵਾਦ ਬਾਈਕ ਦਾ ਹੀ ਆਉਂਦਾ ਵਾ, ਚਾਹੇ ਸਕੂਟਰੀ ਕਹਿ ਲਓ ਚਾਹੇ ਮੋਟਰਸਾਈਕਲ, ਕਿਉਂਕਿ ਮੌਸਮ ਗਰਮੀ ਵਾਲਾ ਤਾਂ ਹੈ ਨਹੀਂ ਗਾ, ਜਿਵੇਂ ਧੁੱਪ ਤਾਂ ਤੇਜ਼ ਹੈਗੀ ਆ ਪਰ ਬਹੁਤ ਸੋਹਣਾ। ਕਹਿੰਦੇ ਸੀ ਵੀਰੇ ਇਹਨਾਂ ਦਾ ਰੇਟ ਅਲੱਗ ਅਲੱਗ ਆ, ਸਭ ਤੋਂ ਛੋਟੀ ਜਿਹੜੀ ਸਭ ਤੋਂ ਛੋਟੀ ਇਹਦਾ 12,000 ਦੋ ਘੰਟਿਆਂ ਦਾ, ਜਿਹੜੀ ਉਸ ਤੋਂ ਵੱਡੀ ਆ ਉਹਦਾ 25,000। ਮਤਲਬ ਸ਼ਿਪ ਦੇ ਹਿਸਾਬ ਨਾਲ ਰੇਟ ਫਿਕਸ ਕੀਤੇ ਹੋਏ ਇਹਨਾਂ ਨੇ ਵੀ ਕਿੰਨੇ ਕਿੰਨੇ ਮਿਲਣਾ ਕਰਨੇ ਆ। ਲਓ ਜੀ ਸ਼ਿਪ ਦੇ ਰਾਹੀਂ ਅਸੀਂ ਅਗਲੇ ਉਹ ਟਾਪੂ 'ਤੇ ਚੱਲੇ ਹਾਂ। ਜਿਹੜੀਆਂ ਗੱਡੀਆਂ ਦਾ ਪ੍ਰਾਈਜ਼ ਹੈ ਇਹਨਾਂ ਦਾ 10 ਰੁਪਏ ਆ ਅਤੇ ਟੂ ਵੀਲਰ ਦਾ ਕੋਈ ਪ੍ਰਾਈਜ਼ ਨਹੀਂ ਹੈਗਾ। ਅਸੀਂ ਉਹ ਅੱਗੇ ਉਹ ਟਾਪੂ 'ਤੇ ਚੱਲੇ ਹਾਂ, ਉੱਥੋਂ ਅੱਗੇ ਬੀਚ ਵੀ ਹੈਗਾ ਵਾ, ਫਿਰ ਅਗਲੀ ਫੇਰੀ ਲੈ ਕੇ ਆਵਾਂਗੇ। ਇਹਨੂੰ ਫੇਰੀ ਕਹਿ ਦਿੰਦੇ ਆ, ਇਹ ਗੌਰਮੈਂਟਡ ਆ, ਗੌਰਮੈਂਟ ਵੱਲੋਂ ਆ। 10 ਰੁਪਈਏ ਪ੍ਰਾਈਜ਼ ਫ੍ਰੀ।
ਸੀ ਵੀ ਆਈਲੈਂਡ ਆਈਲੈਂਡ ਆਈਲੈਂਡ, ਅੱਜ ਉਹ ਅਸੀਂ ਪ੍ਰਤੱਖ ਅੱਖਾਂ ਦੇ ਨਾਲ ਦੇਖ ਕੇ ਇੰਜੋਏ ਕਰ ਰਹੇ ਹਾਂ। ਵਾਓ, ਚਲੋ ਚੱਲੀਏ, ਚਲੋ ਚਲੋ ਚਲੋ। ਅਸੀਂ ਫੇਰੀ ਵੱਲ ਜਾ ਰਹੇ ਹਾਂ, ਦੂਜੀ ਫੇਰੀ ਵੱਲ। ਪਹਿਲਾਂ ਫੇਰੀ ਅਸੀਂ ਲੈ ਕੇ ਇੱਧਰ ਆ ਗਏ ਸੀਗੇ, ਕੰਮ ਫਿਰ ਕੇ ਪੂਰਾ ਰਾਊਂਡ ਮਾਰ ਕੇ ਆਈਲੈਂਡ ਦਾ, ਹੁਣ ਵਾਪਸ ਐਗਜ਼ਿਟ ਕਰ ਰਹੇ ਹਾਂ। ਲੈ ਕੇ ਹੁਣ ਉੱਧਰ ਪਰਲੇ ਪਾਸੇ ਚੱਲਦੇ ਹਾਂ ਅਸੀਂ ਹੋਟਲ ਕੋਲੇ। ਸਾਡਾ ਸਮਾਨ ਹਜੇ ਪਿਆ ਵਾ, ਚੈੱਕਇਨ ਅਸੀਂ 12 ਵਜੇ ਕਰਨਾ ਵਾ। ਇੱਕ ਹੋਰ ਕਮਾਲ ਦੀ ਗੱਲ ਹੈ, ਝੋਨਾ ਲੱਗਿਆ ਹੋਇਆ ਇੱਧਰ, ਝੋਨਾ ਵੱਢ ਚੁੱਕੇ ਨੇ ਲੋਕ। 11:30 ਹੋ ਚੁੱਕੇ ਨੇ, ਫਿਰ ਅਸੀਂ 12 ਵਜੇ ਚੈੱਕ ਆਊਟ ਵੀ ਕਰਨਾ ਵਾ। ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਇੰਜੋਏ ਕਰ ਰਹੇ ਹਾਂ, ਪੂਰਾ ਮਾਹੌਲ ਹੈ। ਬਾਲਾ ਘੈਂਟ ਸੀ, ਬਾਲਾ ਥਾਲੀ ਮਿਲਦੀ ਹੈ ਇੱਥੇ 150 ਦੀ, ਬਹੁਤ ਵਧੀਆ, 36 ਪ੍ਰਕਾਰ ਦਾ ਭੋਜਨ ਮਿਲਦਾ ਇੱਥੇ, ਨਜ਼ਾਰਾ ਹੀ ਆ ਗਿਆ। ਸਭ ਤੋਂ ਵਧੀਆ ਗੱਲ ਇੱਥੇ ਇਹ ਸੀਗੀ ਇਹਨਾਂ ਦੀ ਵੀ ਇਹਦੇ ਵਿੱਚ ਮਿਰਚ ਇਹਨਾਂ ਨੇ ਘੱਟ ਰੱਖੀ ਆ। ਮੋਸਟਲੀ ਕੀ ਹੁੰਦਾ ਵੀ ਜਿੰਨੇ ਜਿੱਥੇ ਰੈਸਟੋਰੈਂਟ ਨੇ ਉਹ ਜ਼ਿਆਦਾ ਮਿਰਚ ਪਾਉਂਦੇ ਨੇ, ਹਾਈ ਰੱਖਦੇ, ਅਤੇ 99 ਕਹਿ ਲਓ ਵੀ 90% ਇੱਥੇ ਚਿਕਨ ਚੱਲਦਾ ਵਾ, ਨੋਨ ਵੈਜ ਆ। ਔਰ ਇਹਨਾਂ ਦਾ ਬਹੁਤ ਬਹੁਤ ਵਧੀਆ ਸੀਗਾ, ਵੈਜ ਸੀਗਾ ਇਹਨਾਂ ਦਾ, ਤਾਂ ਕਰਕੇ ਸਾਨੂੰ ਟੇਸਟ ਬਹੁਤ ਵਧੀਆ ਲੱਗਿਆ ਨਹੀਂ। ਬੇਬਾ ਗੋਆ 'ਚ ਖਾ ਰਹੇ ਹਾਂ, ਓਕੇ, ਰਿਕਮੈਂਡਡ ਆ ਵੀਰੇ। ਇੱਥੇ ਆ ਕੇ ਅਸੀਂ ਇੱਕ ਰੈਸਟੋਰੈਂਟ ਦੇ ਵਿੱਚ ਨਹੀਂ ਆਏ, ਕਲਰਫੁਲ ਘਰ। ਠੀਕ ਆ, ਠੀਕ ਆ। ਤੇਲ ਥੋੜਾ ਜ਼ਿਆਦਾ ਪਵਾ ਲਿਆ, 1200 ਦਾ ਤੇਲ ਪਵਾ ਲਿਆ 3 ਸਕੂਟਰੀਆਂ 'ਚ, ਹੁਣ ਤੇਲ ਮੱਚਦਾ ਨਹੀਂ ਹੈਗਾ, ਹੁਣ ਫੂਕਦੇ ਫਿਰਦੇ ਹਾਂ। ਹੁਣ ਪੈਸੇ ਤੁਸੀਂ ਅੱਜ ਰਾਊਂਡ ਹੀ ਕਰਦੇ।